पंजाब दे जिला कपूरथला विच करोना दे वध रहे मामले रुकण दा नाम नहीं लै रहे। जद इस मामले संबंधी कपूरथला दे सिविल हस्पताल दे डाक्टर संदीप धवन नाल गलबात कीती गई तां उन्होंने दस्या कि कपूरथला विच करोना महामारी ते सेहत विभाग पूरी तरह चौकस हन ते विभाग वल्लों समें-समें ते महामारी दे टैस्ट भी कीते जा रहे हन। जेकर कोई मरीज आउंदा है तां तुरंत उस नूं कपूरथला विच बणाए गए आइसोलेशन सेंटर विच भेज दित्ता जांदा है। उन्हां वल्लों लोकां नूं इह अपील कीती गई है कि जिन्ना हो सके लोक अपने घरां विच ही रहिण। ਹਾਂਜੀ ਸਰ, ਹੁਣ ਤੱਕ ਕਰੋਨਾ ਦੇ ਕਪੂਰਥਲੇ ਕੀ ਸਿਚੁਏਸ਼ਨ ਹੈ? ਸਿਚੁਏਸ਼ਨ ਤਾਂ ਅੰਡਰ ਕੰਟਰੋਲ ਹੈਗੀ ਹੈ, ਔਰ ਇਸ ਵੇਲੇ ਕੱਲ੍ਹ ਇੱਕ ਪੇਸ਼ੈਂਟ ਸਾਡੇ ਕੋਲ ਆਇਆ ਸੀ ਨਨਕਾਣੇ ਮਹੱਲੇ ਤੋਂ। ਉਹ ਪੇਸ਼ੈਂਟ ਨੂੰ ਰੈਸਪੀਰੇਟਰੀ ਪ੍ਰੋਬਲਮ ਸੀਗੀ, ਉਹਦੀ ਖਾਂਸੀ ਵੀ ਸੀ, ਔਰ ਪਿਛਲੇ 4-5 ਦਿਨਾਂ ਤੋਂ ਕਿਸੇ ਇੱਕ ਪ੍ਰਾਈਵੇਟ ਹੋਸਪਿਟਲ 'ਚੋਂ ਆਪਣੀ ਦਵਾਈ ਵਗੈਰਾ ਲੈ ਰਿਹਾ ਸੀ। ਔਰ ਜਦੋਂ ਉਹਦਾ ਅਸੀਂ ਇੱਥੇ ਲੋਕਲ 2 ਨੈੱਟ 'ਤੇ ਟੈਸਟ ਕੀਤਾ, ਉਹਦਾ ਕੋਵਿਡ ਟੈਸਟ ਪੋਜ਼ਿਟਿਵ ਆਇਆ ਸੀ। ਫਿਰ ਅਸੀਂ ਉਹਨੂੰ ਜਲੰਧਰ ICU ਸਿਵਲ ਹਸਪਤਾਲ ਸ਼ਿਫਟ ਕੀਤਾ ਹੈ ਕੱਲ੍ਹ, ਔਰ ਅੱਜ ਉਹਦਾ ਮੈਂ ਪਤਾ ਕੀਤਾ ਸੀਗਾ, ਉਹ ਸਟੇਬਲ ਚੱਲ ਰਿਹਾ। ਸਰ, ਕੋਈ ਉਹਦੀ ਟਰੈਵਲ ਹਿਸਟਰੀ? ਨਹੀਂ, ਉਹਦੀ ਕੋਈ ਟਰੈਵਲ ਹਿਸਟਰੀ ਸਾਨੂੰ ਉਹਨੇ ਦਿੱਤੀ ਨਹੀਂ। ਅੱਜ ਉਹਦੇ ਸਾਰੇ ਜਿਹੜੇ ਕੰਟੈਕਟਸ ਹੈਗੇ ਆ ਉਹਨਾਂ ਦੀ ਟਰੇਸਿੰਗ ਕਰਨ ਵਾਸਤੇ ਸਾਰੇ ਟੀਮਸ ਗਈ ਹੋਈ ਹੈ ਉਸ ਮਹੱਲੇ 'ਚ। ਸਰ, ਜਿਵੇਂ ਕਿ ਸਬਜ਼ੀ ਮੰਡੀ ਹੋ ਗਈ, ਕੁਛ ਬਾਜ਼ਾਰਾਂ 'ਚ ਰਸ਼ ਬਹੁਤ, ਲੋਕ ਨਹੀਂ ਪਾਲਣਾ ਕਰਦੇ, ਕੀ ਅਪੀਲ ਕਰਨਾ ਚਾਹੁੰਦੇ ਸਰ? ਮੇਰੀ ਸਾਰੇ ਲੋਕਾਂ ਨੂੰ, ਸ਼ਹਿਰ ਨਿਵਾਸੀਆਂ ਨੂੰ ਇਹੀ ਅਪੀਲ ਹੈ ਕਿ ਸੋਸ਼ਲ ਡਿਸਟੈਂਸਿੰਗ ਰੱਖਣ, ਇੱਕ ਜਗ੍ਹਾ ਝੁੰਡ ਬਣਾ ਕੇ ਨਾ ਖੜੇ ਹੋਣ, ਜਦੋਂ ਵੀ ਮਾਸਕ ਲਗਾਉਂਦੇ ਹੈਗੇ ਨੱਕ ਔਰ ਮੂੰਹ ਪੂਰਾ ਉੱਪਰ ਢੱਕਿਆ ਹੋਵੇ, ਔਰ ਜਦੋਂ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਮਾਸਕ ਨੂੰ ਥੱਲੇ ਗੱਲ ਕਰ ਖਿੱਚ ਕੇ ਗੱਲ ਕਰਨ ਦੀ ਕੋਸ਼ਿਸ਼ ਨਾ ਕਰਨ, ਹੱਥਾਂ ਦੀ ਸਫਾਈ ਸੈਨੀਟਾਈਜ਼ਰ ਦੀ ਵਰਤੋਂ ਕਰਨ, ਔਰ ਘੱਟ ਤੋਂ ਘੱਟ ਬਾਹਰ ਨਿਕਲਣ, ਲੋੜ ਮੁਤਾਬਕ ਹੀ ਨਿਕਲਣ। ਇਹ ਨਹੀਂ ਕਿ ਅਸੀਂ ਐਵੇਂ ਸੈਰ ਕਰਨ ਚਲੇ ਗਏ ਹਾਂ ਕਿਉਂਕਿ ਲੋਕਡਾਊਨ ਖੁੱਲ੍ਹ ਗਿਆ ਹੈਗਾ। ਪਰਹੇਜ਼ ਰੱਖਣਾ ਇਹ ਸਾਡੀ ਆਪਣੀ ਆਪਣੀ ਜ਼ਿੰਮੇਵਾਰੀ ਹੈ, ਔਰ ਆਪਣੀ ਸਿਹਤ ਦੀ ਸੰਭਾਲ ਕਰਨਾ ਇਹ ਸਾਰਿਆਂ ਦੀ ਜ਼ਿੰਮੇਵਾਰੀ। ਟੋਟਲ ਕੇਸ ਅਪਰੋਕਸੀਮੇਟਲੀ 90+ ਹੈਗੇ। ਸਾਡਾ ਰਿਕਵਰੀ ਰੇਟ ਬਹੁਤ ਅੱਛਾ ਹੈ, ਮੋਰ ਦੈਨ 90%। ਡਾਕਟਰ ਸਾਹਿਬ, ਕਈ ਮਾਹਿਰਾਂ ਦਾ ਹਜੇ ਤੱਕ ਇਹ ਕਹਿਣਾ ਕਿ ਜਿਹੜਾ ਪੰਜਾਬ ਦੇ ਵਿੱਚ ਕਰੋਨਾ ਹੈ ਆਪਣੇ ਪੀਕ 'ਤੇ ਜਾਏਗਾ। ਹਾਂ, ਅਜੇ ਜੀ ਐਕਚੁਲੀ ਇਸ ਵੇਲੇ ਲੋਕਡਾਊਨ ਖੁੱਲ੍ਹਿਆ ਹੈਗਾ, ਔਰ ਹੁਣ ਬੱਸਾਂ ਦੀ ਸਰਵਿਸ ਵੀ ਵੱਧ ਗਈ ਹੈਗੀ, ਲੋਕ ਹੁਣ ਜ਼ਿਆਦਾ ਆਉਣ ਜਾਣਗੇ। ਪਰ ਅਗਰ ਲੋਕ ਸਾਰੇ ਸਫਾਈ ਦਾ ਔਰ ਸੋਸ਼ਲ ਡਿਸਟੈਂਸਿੰਗ ਦਾ, ਪ੍ਰੋਪਰ ਮਾਸਕ ਲਗਾਉਣ ਦਾ, ਸੈਨੀਟਾਈਜੇਸ਼ਨ ਕਰਨ ਦਾ ਧਿਆਨ ਰੱਖਣਗੇ ਤਾਂ ਸਾਰੇ ਹੀ ਸਾਰਿਆਂ ਦੀ ਸਿਹਤ ਸਹੀ ਰਹੇਗੀ। ਇਹੋ ਜਿਹੀ ਸਥਿਤੀ ਵਿੱਚ ਲੋਕਡਾਊਨ ਖੋਲ੍ਹਣਾ ਜ਼ਰੂਰੀ ਹੈ ਕਿਉਂਕਿ ਮੁਸ਼ਕਲਾਂ, ਇਕਨੋਮਿਕਲ ਮੁਸ਼ਕਲਾਂ ਵੀ ਵੱਧ ਰਹੀਆਂ ਹੈਗੀਆਂ, ਉੱਪਰੋਂ ਇੱਧਰੋਂ ਝੋਨੇ ਦਾ ਸੀਜ਼ਨ ਵੀ ਹੈਗਾ, ਸਾਰਿਆਂ ਦਾ ਆਪਾਂ ਨੂੰ ਚੀਜ਼ਾਂ ਦਾ ਧਿਆਨ ਰੱਖਣਾ ਹੋਇਆ। ਲੋਕਡਾਊਨ ਖੋਲ੍ਹਣ 'ਚ ਕੋਈ ਇਸ ਵੇਲੇ ਪ੍ਰੋਬਲਮ ਦਿੱਕਤ ਨਹੀਂ ਆ ਰਹੀ, ਪਰ ਇਹ ਕਿ ਜਿਹੜੇ ਅਹਤਿਆਤ ਰੱਖਣੇ ਆ ਉਹ ਜ਼ਰੂਰੀ ਹੈ, ਅਸੀਂ ਆਪਣੇ ਗਾਰਡ ਨੂੰ ਥੱਲੇ ਨਹੀਂ ਗਿਆ ਸਰ। ਉਹ ਸਿਚੁਏਸ਼ਨ ਦੇ ਹਿਸਾਬ ਨਾਲ ਹਾਇਰ ਅਥੋਰਟੀਜ਼ ਆਪਣੇ ਰਿਵਿਊ ਕਰਨਗੀਆਂ, ਜਿੱਦਾਂ ਦਿਸ਼ਾ ਨਿਰਦੇਸ਼ ਆਉਂਦੇ ਰਹਿਣਗੇ ਅਸੀਂ ਉਸ ਹਿਸਾਬ ਨਾਲ ਕੰਮ ਕਰਦੇ ਰਹਾਂਗੇ। ਪ੍ਰਾਈਮ ਉਹਦੇ ਲਈ ਕਪੂਰਥਲਾ ਤੋਂ ਗਗਨ ਬਹਿਲ ਦੀ ਰਿਪੋਰਟ।